ਪੰਜਾਬੀ ਗਾਇਕ ਐਲੀ ਮਾਂਗਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਇਸ ਵਾਰ ਇਸ ਲਈ ਕਿਉਂਕਿ ਉਸਨੇ ਪੁਲਿਸ ਉੱਤੇ ਤਸ਼ੱਦਦ ਦੇ ਇਲਜ਼ਾਮ ਲਗਾਉਂਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਨਸਾਫ ਲਈ ਫਰਿਆਦ ਲਗਾਈ ਹੈ। ਉੱਥੇ ਹੀ ਐਲੀ ਮਾਂਗਟ ਦੀ ਫਰਿਆਦ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਾਂਗਟ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਰੰਧਾਵਾ ਬ੍ਰਦਰਜ਼ ਨਾਲ ਸੋਸ਼ਲ ਮੀਡੀਆ ਤੇ ਬਹਿਸ ਤੋਂ ਬਾਅਦ ਉਹਨਾਂ ਨੇ ਮੋਹਾਲੀ ਵਿਖੇ ਮੂੰਹੋਂ ਦੂਹੀ ਹੋਣ ਦਾ ਫੈਸਲਾ ਲਿਆ, ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਰਿਮਾਂਡ ਉੱਤੇ ਲੈਣ ਮਗਰੋਂ ਉਹਨਾਂ ਉੱਤੇ ਪੁਲਿਸ ਵੱਲੋਂ ਅੰਨਾ ਤਸ਼ੱਦਦ ਕਰਨ ਦੇ ਨਾਲ ਨਾਲ ਅਪਮਾਨ ਕੀਤਾ ਤੇ ਨਾਲ ਹੀ 25 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਵੀ ਕੀਤੀ ਗਈ। ਇੱਕ ਪੁਲਿਸ ਵਾਲਾ ਆਇਆ, ਵਰਦੀ 'ਚ 2 ਆਏ, 3 ਆਏ, 4 ਆਏ, 5 ਆਏ, 6 ਆਏ, 7 ਆਏ, ਉੱਥੇ ਕਾਫੀ ਜਣੇ ਆ ਗਏ ਤੇ ਜਿਨ੍ਹਾਂ ਨਾਲ ਮੈਂ ਬੈਠ ਕੇ ਆਇਆ ਸੀ ਮੈਨੂੰ ਪਤਾ ਹੀ ਨਹੀਂ ਹੁਣ DSP ਸਾਨੂੰ ਬਾਹਲਾ ਰੈਂਕਾਂ ਦਾ ਮੈਨੂੰ ਨੌਲੇਜ ਨਹੀਂ ਹੈ। ਉਹ ਕਹਿੰਦੇ ਮੈਂ ਦੇਖ ਰਿਹਾ ਸੀਗਾ ਕਿ ਯਾਰ ਉਹ ਬੰਦਾ ਕਿੱਥੇ ਆ ਜਿਹਨੇ ਮੈਨੂੰ ਮਾਰਿਆ। ਬਈ ਉਹ ਬੰਦਾ ਆਉਂਦਾ, ਆਉਂਦੇ ਸਾਰ ਹੀ ਕਰ ਲਓ ਨੰਗਾ, ਪਾੜ ਦਿਓ ਇਹਨੂੰ। ਯਾਰ ਇਹ ਕੀ ਗੱਲ ਬਣੀ, ਮੇਰੇ ਹੱਥ ਬੰਨਤੇ ਜੀ ਪਿੱਛੇ ਇੱਕ ਕੱਪੜੇ ਜਿਹਦੇ ਨਾਲ, ਮੈਨੂੰ ਬਿਠਾ ਲਿਆ ਜੀ, ਕੁੱਟਿਆ, ਗਾਲਾਂ ਕੱਢੀਆਂ ਮਾਵਾਂ ਭੈਣਾਂ ਦੀਆਂ। ਉਦੋਂ ਤੱਕ ਤੁਹਾਨੂੰ ਕੁਝ ਨਹੀਂ ਦੱਸਿਆ ਗਿਆ ਸੀ ਕਿ ਤੁਹਾਨੂੰ ਕਿਉਂ ਕਿਉਂ ਚੱਕਿਆ ਕਿ ਜੇ ਮੈਨੂੰ ਦੱਸਦੇ ਵੀ ਜੀ ਮੈਨੂੰ ਪਤਾ ਨਹੀਂ ਸੀ ਲੱਗਣਾ ਕਿਉਂਕਿ ਮੈਨੂੰ ਬਾਹਲਾ ਇੱਥੇ ਦਾ ਨੌਲੇਜ ਨਹੀਂ ਹੈ। ਚਲੋ ਬਿਠਾ ਲਿਆ ਜੀ, ਕੁੱਟਣ ਲੱਗੇ, ਪਹਿਲਾਂ ਥੱਪੜ ਥੁੱਪੜ ਮਾਰੇ ਕਈ, ਬੇਇੱਜ਼ਤੀ ਕਰੀ ਪੂਰੀ, ਰੱਜ ਗਏ, ਲਾ ਇਹਦੀਆਂ ਮੁੰਦਰਾਂ ਮਾਂਦਰਾਂ ਜਿਹੀਆਂ, ਸਾਰਾ ਕੁਛ ਲਾ ਤਾ, ਮੇਰੀਆਂ ਨੱਤੀਆਂ, ਗਲੇ ਦੀ ਚੇਨ, ਹਾਲੇ ਵੀ ਸਾਡੇ ਕੋਲ ਹੈ ਨੀਗਾ ਜੀ ਉਹ ਸਮਾਨ, ਕੜਾ ਕੁੜਾ ਸ਼ਾਂਪਾਂ ਸ਼ੂੰਪਾਂ ਲਾ ਤੀਆਂ। ਮੈਨੂੰ ਤਾਂ ਐਂ ਸੀਗਾ ਕਿ ਚੱਲ ਅੰਦਰ ਦੇ ਦੇਣਗੇ ਹੁਣ ਕਿ ਕਿਹੜਾ ਕੁੱਟਣਾ, ਜਦ ਉਹਨਾਂ ਨੇ ਮੇਰੇ ਹੱਥ ਬੰਨੇ ਮੈਨੂੰ ਘਬਰਾਹਟ ਜੀ ਹੋਣ ਲੱਗ ਗਈ ਕਿਉਂ ਫਿਲਮਾਂ 'ਚ ਤਾਂ ਅਸੀਂ ਦੇਖਦੇ ਹੀ ਹਾਂ ਕਿ ਹੱਥ ਮੇਰੇ ਗਾਹ 'ਤੇ ਬੰਨੀ ਜਾਂਦੇ ਆ, ਕੀ ਗੱਲ ਬਣੀ। ਫਿਰ ਜੀ ਬਸ ਜਿੱਥੇ ਡੰਡਾ ਪੈਂਦਾ ਪੈਣ ਦੇ, ਜਿੱਥੇ ਥੱਪੜ ਵੱਜਦਾ ਵੱਜਣ ਦੇ, ਜਿੱਥੇ ਘਸੋਣ ਵੱਜਦਾ ਢਿੱਡ 'ਚ ਲੱਤਾਂ, ਮੇਰੇ ਬੋਡੀ ਪਾਰਟ 'ਤੇ, ਵਾਈਟਲ ਬੋਡੀ ਪਾਰਟਸ ਦੇ ਉੱਤੇ ਲੱਤਾਂ, ਕੂਣੀਆਂ ਮਾਰੀਆਂ ਜੀ ਕੋਡੇ ਕਰ ਕਰ ਢੂਹੀ ਦੇ ਵਿੱਚ ਜਣੀ। ਮੈਂ ਉਦੋਂ ਸਰੀਰ ਗਰਮ ਹੋ ਗਿਆ ਸੀਗਾ ਜਿਵੇਂ ਥੱਪੜ ਥੁੱਪੜ ਪੈਣ ਲੱਗ ਗਏ, ਉਦੋਂ ਬਾਅਦ ਪਤਾ ਲੱਗਣੋਂ ਹਟ ਗਿਆ। ਚਲੋ ਮੈਂ ਕਿਹਾ ਚਲੋ ਠੀਕ ਆ, ਸੋਕੇ ਹੈ ਨਾ ਹਟ ਗਏ ਹੁਣ ਕਿ ਠੀਕ ਆ ਹਟਣ। ਮੈਨੂੰ ਬਾਅਦ 'ਚੋਂ ਪਤਾ ਲੱਗਿਆ ਹਟੇ ਤਾਂ ਸੀ, ਬਾਹਰ ਮੀਡੀਆ ਉਹਨਾਂ ਨੂੰ ਸਵਾਲ ਕਰ ਰਿਹਾ ਸੀ, ਉਹ ਬਾਹਰ ਨਿਕਲੇ 10 ਕੁ ਮਿੰਟ ਲਈ, ਉਹਨੂੰ ਕਹਿੰਦੇ ਇਹਨੂੰ ਲੰਮਾ ਪਾਓ, ਲੰਮਾ ਪਾਓ। ਈਵਨ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਐਸੋ 'ਚ ਡੰਡਾ ਦਿਓ, ਕਿ ਤੇਲ ਲਿਆਓ ਇਹਦੇ ਡੰਡਾ ਦਿਓ। ਮੈਂ ਜਣੀ ਗੱਲਾਂ ਸੁਣ ਸੁਣੀ ਇੰਨਾ ਕੁ ਡਰੀ ਜਾਂਦਾ ਸੀ, ਮੈਂ ਕਿਹਾ ਯਾਰ ਇਹੋ ਜਿਹਾ ਕੁਛ ਕਰਨਗੇ ਤਾਂ ਨਹੀਂ। ਐਲੀ ਮਾਂਗਟ ਦੀ ਫਰਿਆਦ ਉੱਤੇ ਗੌਰ ਕਰਦਿਆਂ ਕਮਿਸ਼ਨ ਨੇ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਤੇ ਫੈਸਲਾ ਕੀਤਾ ਹੈ ਕਿ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਜਾਵੇ ਕਿਉਂਕਿ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਉੱਤੇ ਗੰਭੀਰ ਦੋਸ਼ ਲੱਗੇ ਨੇ। ਲਿਹਾਜ਼ਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ ਉੱਤੇ ਉਹਨਾਂ ਅਧਿਕਾਰੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਜਿਨ੍ਹਾਂ ਨੇ ਐਲੀ ਮਾਂਗਟ ਨੂੰ ਗ੍ਰਿਫਤਾਰ ਕੀਤਾ ਸੀ। ਸੁਣਵਾਈ ਦੀ ਅਗਲੀ ਤਰੀਕ ਤੋਂ ਪਹਿਲਾਂ ਪੁਲਿਸ ਨੂੰ ਪੂਰਾ ਰਿਕਾਰਡ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਹੋਵੇਗੀ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।